25-25 ਕਰੋੜ ਰੁਪਏ ਦੇ ਆਫਰ ਆਉਣ ਨੂੰ ਲੈ ਕੇ ਖਬਰਾਂ ਜਿਹੜੀਆਂ ਨੇ ਹੋਰ ਵੀ ਗਰਮਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੰਤਰੀ ਔਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਿਹੜੀਆਂ ਖਬਰਾਂ ਨੇ ਇਹ ਜਿਹੜੀਆਂ ਫੋਨ ਕਾਲਜ਼ ਆ ਰਹੀਆਂ ਨੇ ਉਹਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਉਹਨਾਂ ਨੇ ਕਿਹਾ ਕਿ ਡੀਜੀਪੀ ਗੌਰਵ ਯਾਦਵ ਦੇ ਕੋਲ ਜਾ ਕੇ ਐਫਆਈਆਰ ਵੀ ਦਰਜ ਕਰਾ ਦਿੱਤੀ ਗਈ ਹੈ ਔਰ ਪੰਜ ਵਿਧਾਇਕ ਐਸੇ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਕੋਲ ਵੌਇਸ ਰਿਕਾਰਡਿੰਗ ਵੀ ਹੈਗੀ ਹੈ ਕਿ ਉਹਨਾਂ ਨੂੰ ਫੋਨ ਆਇਆ ਔਰ ਉਹਨਾਂ ਨੂੰ ਆਫਰ ਦਿੱਤੀ ਗਈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਈ ਸੀ ਔਰ ਉਹਨਾਂ ਨੇ ਉਸ ਫੋਨ ਕਾਲ ਦੀ ਰਿਕਾਰਡਿੰਗ ਜਿਹੜੀ ਕਰ ਲਈ ਔਰ ਉਹਨਾਂ ਦੇ ਕੋਲੋਂ ਰਿਕਾਰਡਿੰਗ ਮੌਜੂਦ ਹੈ ਔਰ ਉਹ ਰਿਕਾਰਡਿੰਗ ਜਿਹੜੀ ਹੈ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਆ ਜਾ ਰਿਹਾ ਕਿ ਵਿਜੀਲੈਂਸ ਬਿਊਰੋ ਨੂੰ ਉਹ ਆਡੀਓ ਜਿਹੜੀ ਆ ਸੌਂਪ ਦਿੱਤੀਆਂ ਗਈਆਂ ਨੇ ਔਰ ਵਿਜੀਲੈਂਸ ਬਿਊਰੋ ਹੁਣ ਤਫ਼ਤੀਸ਼ ਕਰੇਗੀ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਕੀ ਹੈ ऑपरेशन लोटस की है क्यों आम आदमी पार्टी ਵੱਲੋਂ ਇਸ ਘੜੀ ਜਦੋਂ ਸੀਐਮ ਭਗਵੰਤ ਮਾਨ ਸਟੇਟ ਦੇ ਵਿੱਚ ਨਹੀਂ ਹੈ ਜਰਮਨੀ ਦੇ ਦੌਰੇ ਤੇ ਹੁੰਦੇ ਨੇ ਉਹਨਾਂ ਦੇ ਪਿੱਛੋਂ ਇਹ ਸਾਰੀ ਜਿਹੜੀ ਕਾਰਵਾਈ ਹੋ ਰਚੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਬੀਜੇਪੀ ਨੇ ਇਸ ਦੇ ਖਿਲਾਫ ਕਿਹਾ ਸੀ ਕਿ ਜੇ ਸਬੂਤ ਹੈਗੇ ਨੇ ਤਾਂ ਸਾਨੂੰ ਦੱਸੋ ਸਾਨੂੰ ਪੇਸ਼ ਕਰੋ ਸਬੂਤ ਉਹਨਾਂ ਵਿਧਾਇਕਾਂ ਦਾ ਨਾਮ ਲਵੋ ਫਿਲਹਾਲ ਕਾਲ ਰਿਕਾਰਡਿੰਗ ਦੇ ਵਿੱਚ ਕੀ ਰਿਕਾਰਡ ਹੋਇਆ ਉਸ ਦਾ ਸ਼ਖਸ ਦਾ ਨਾਮ ਹੈ ਨੰਬਰ ਕਿੱਥੋਂ ਦਾ ਹੈ ਕਿਹਨੇ ਕਾਲ ਕੀਤੀ ਹੈ ਇਹਦਾ ਹਾਲੇ ਕੋਈ ਖੁਲਾਸਾ ਨਹੀਂ ਹੋਇਆ ਪਰ ਇੰਨਾ ਕਿਹਾ ਗਿਆ ਹੈ ਕਿ ਸਾਡੇ ਕੋਲ ਉਹ ਇਸ ਰਿਕਾਰਡਿੰਗਸ ਹੈਗੀਆਂ ਨੇ ਜਿਹੜੀਆਂ ਅਸੀਂ ਵਿਜੀਲੈਂਸ ਨੂੰ ਸੌਂਪ ਦਿੱਤੀਆਂ ਨੇ ਉੱਥੇ ਹੀ ਇਹ ਵੀ ਦੱਸਣਾ ਬੰਦਾ ਹੈ ਕਿ ਇਹ ਬਾਰ-ਬਾਰ ਗੱਲਾਂ ਉੱਠ ਰਹੀਆਂ ਨੇ ਕਿ ਇਹ ਆਪਰੇਸ਼ਨ ਲੋਟਸ ਜਿਹੜਾ ਜਿਸ ਨਾਮ ਨੂੰ ਜ਼ਿਆਦਾ ਉਛਾਲਿਆ ਜਾ ਰਿਹਾ ਹੈ ਕਿਤਨੇ ਕਿਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹਦੀ ਪੰਜਾਬ ਸਰਕਾਰ ਦੇ ਸੀਐਮ ਦੇ ਨਾਲ ਤਲਖੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਸੀਐਮ ਕੇਜਰੀਵਾਲ ਔਰ ਮਨੀਸ਼ ਸੁਸੋਦੀਆ ਇਹਨਾਂ ਸਭ ਦੇ ਜਿਹੜੇ ਘਪਲਿਆਂ ਦੇ આરોਪ ਨੇ ਉਹ ਲੱਗਦੇ ਜਾ ਰਹੇ ਨੇ ਔਰ ਕਿਤੇ ਨਾ ਕਿਤੇ ਮਨੀਸ਼ ਸੁਸੋਦੀਆ ਜਿਹੜੇ ਨੇ આરોપી ਪਾਏ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਸ਼ਰਾਬ ਘੁਟਾਲੇ ਦੇ ਵਿੱਚ ਬਸਾਂ ਦੇ ਘੁਟਾਲੇ ਦੇ ਵਿੱਚ ਇਹਨਾਂ ਦੇ ਨਾਮ ਸਾਹਮਣੇ ਆਏ ਔਰ ਇਹਨਾਂ ਘੁਟਾਲਿਆਂ ਦੇ ਵਿੱਚ ਇਹ આરોપી ਪਾਏ ਗਏ ਨੇ ਔਰ ਸੀਐਮ ਮਾਨ ਵੱਲੋਂ ਇਹਨਾਂ ਦੇ ਹੱਕ ਦੇ ਵਿੱਚ ਫਿਲਹਾਲ ਹਾਲੇ ਤੱਕ ਕੋਈ ਖੁੱਲੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਕਿਹਾ ਗਿਆ ਕੋਈ ਵੀ ਗੱਲ ਨਹੀਂ ਕਹੀ ਗਈ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਕਿ ਕੇਜਰੀਵਾਲ ਖੁਦ ਇਹ ਚਾਹੁੰਦੇ ਨੇ ਪੰਜਾਬ ਦੇ ਵਿੱਚੋਂ ਸੀਐਮ ਮੰਨ ਦਾ ਪੱਤਾ ਸਾਫ਼ ਕੀਤਾ ਜਾਵੇ ਔਰ ਜਾਣ ਬੁੱਝ ਕੇ ਇਹ ਜਿਹੜੇ ਫੋਨ ਕਾਲਸ ਨੇ ਸ਼ਾਇਦ ਕਿਤੇ ਉਹਨਾਂ ਵੱਲੋਂ ਤਾਂ ਇਹ ਨਹੀਂ ਕਰਾਏ ਜਾ ਰਹੇ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਸਿਰਫ ਦੋ ਵਿਧਾਇਕ ਨੇ 117 ਵਿੱਚੋਂ ਸਿਰਫ ਦੋ ਵਿਧਾਇਕ ਨੇ ਜੇ ਪੰਜ ਵਿਧਾਇਕਾਂ ਨੂੰ ਖਰੀਦ ਵੀ ਲੈਂਦੇ ਨੇ ਤਾਂ ਵੀ ਉਹ ਸਰਕਾਰ ਨਹੀਂ ਬਣਾ ਸਕਦੇ ਪੰਜ ਵਿਧਾਇਕਾਂ ਨੂੰ 10 ਵਿਧਾਇਕਾਂ ਨੂੰ ਖਰੀਦ ਕੇ ਉਹ ਕੀ ਕਰ ਲੈਣਗੇ ਇਹ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ ਉਧਰ ਉਹਨਾਂ ਦਾ ਆਮ ਆਦਮੀ ਪਾਰਟੀ ਵਾਲਿਆਂ ਦਾ ਇਹ ਕਹਿਣਾ ਹੈ ਕਿ ਅਸੀਂ ਸਬੂਤ ਦਿੰਨੇ ਆ ਸਾਡੇ ਕੋਲ ਵੌਇਸ ਰਿਕਾਰਡਿੰਗਸ ਹੈਗੀਆਂ ਨੇ ਪਰ ਵੌਇਸ ਰਿਕਾਰਡਿੰਗਸ ਕਿਸ ਚੀਜ਼ ਦੀਆਂ ਨੇ ਇਹਦਾ ਖੁਲਾਸਾ ਨਹੀਂ ਹੋ ਪਾਇਆ ਪਰ ਤੁਹਾਨੂੰ ਦੱਸ ਦਈਏ ਕਿ ਦੋਵੇਂ ਧਿਰਾਂ ਜਿਹੜੀਆਂ ਨੇ ਇਹ ਆਪੋ ਆਪਣੇ ਸਬੂਤਾਂ ਦੇ ਨਾਲ ਖੜੀਆਂ ਨੇ ਔਰ ਵਿਜੀਲੈਂਸ ਜਿਹੜੀ ਹੈ ਇਹਦਾ ਫੈਸਲਾ ਕਰੇਗੀ ਕਿ ਕੌਣ ਸੱਚਾ ਹੈ ਔਰ ਕੌਣ ਝੂਠਾ ਹੈ